ਸੀਐਮ ਭਗਵੰਤ ਮਾਨ ਵਾਸਤੇ ਇੱਕ ਵਿਵਾਦ ਹੋਰ ਖੜਾ ਹੋ ਗਿਆ, ਇੱਕ ਹੋਰ ਵੱਡਾ ਧਮਾਕਾ ਕਰ ਦਿੱਤਾ ਗਿਆ ਆ ਉਹਨਾਂ ਦੇ ਆਪਣੇ ਹੀ ਵਿਧਾਇਕ ਵੱਲੋਂ ਔਰ ਸਪੀਕਰ ਕੁਲਤਾਰ ਸੰਧਵਾਂ। ਹਾਲਾਂਕਿ ਅਜੇ ਤੱਕ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੀਐਮ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਵਿਚਾਲੇ ਜਿਹੜੇ ਹਾਲਾਤ ਨੇ ਉਹ ਸੁਧਰ ਗਏ ਨੇ। ਦੋ ਮੀਟਿੰਗਾਂ ਹੋਈਆਂ, ਦੋਹਾਂ ਮੀਟਿੰਗਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾਂ ਦੇ ਨੇੜੇ ਆਉਂਦੇ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ। ਜਿਹੜੀਆਂ ਦੂਰੀਆਂ ਸੀ, ਜੋ ਲੜਾਈ ਸੀ, ਜੋ ਪਰੇਸ਼ਾਨੀ ਸੀ, ਉਹ ਨਿਬੇੜਦੇ ਨਜ਼ਰ ਆਏ ਨੇ। ਪਰ ਦੂਜੇ ਪਾਸੇ ਹੁਣ ਕੁਲਤਾਰ ਸਿੰਘ ਸੰਧਵਾਂ ਦੀ ਕਹਿੰਦੇ ਇੱਕ ਅੰਦਰ ਖਾਤੇ ਮੀਟਿੰਗ ਹੋਈ ਆ। ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਲਤਾਰ ਸਿੰਘ ਸੰਧਵਾਂ ਅੰਦਰ ਖਾਤੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਮਿਲੇ ਨੇ ਅਤੇ ਉਸ ਮੀਟਿੰਗ ਤੋਂ ਬਾਅਦ ਵੱਡਾ ਧਮਾਕਾ ਹੋਣ ਦੀ ਆਸ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ। ਉਹ ਵਿਧਾਇਕ ਹੋਰ ਕੋਈ ਨਹੀਂ ਸਗੋਂ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੱਸੇ ਜਾ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਰ ਸੀਐਮ ਭਗਵੰਤ ਮਾਨ ਦੀ ਖਿਲਾਫਤ ਕਰਦੇ ਵੀ ਨਜ਼ਰ ਆਏ ਨੇ। ਡਟ ਕੇ ਖਿਲਾਫਤ ਕਰਦੇ ਕੁੰਵਰ ਵਿਜੇ ਪ੍ਰਤਾਪ ਔਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਜਦੋਂ ਆਪਣੇ MLAs ਨੂੰ ਬੁਲਾਉਂਦੇ ਨੇ ਉਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਿਲ ਨਹੀਂ ਹੁੰਦੇ, ਜਿਸ ਤੋਂ ਦੋਹਾਂ ਦਾ, ਮੁੱਖ ਮੰਤਰੀ ਦਾ ਅਤੇ ਉਹਨਾਂ ਦੇ MLA ਦਾ ਰਿਸ਼ਤਾ ਜਿਹੜਾ ਉਹ ਸਮਝ ਆਉਂਦਾ ਕਿੱਥੇ ਕਿਸ ਸਟੇਟਸ ਦੇ ਉੱਤੇ ਇਹ ਰਿਸ਼ਤਾ ਮੌਜੂਦ ਹੈ। ਉਸੇ ਦੇ ਚੱਲਦੇ ਜੇ ਗੱਲ ਕਰੀਏ ਤਾਂ ਇੱਕ ਗੁਪਤ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਦੀ ਮੀਟਿੰਗ ਹੋਈ ਹੈ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ। ਸੂਤਰਾਂ ਮੁਤਾਬਕ ਇਹ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਔਰ ਮੀਟਿੰਗ ਦੇ ਅੰਦਰ ਕੁਝ ਵਿਸ਼ੇਸ਼ ਗੱਲਾਂ ਕੀਤੀਆਂ ਗਈਆਂ ਨੇ। ਮੀਟਿੰਗ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦਣ ਦੀ ਮੰਗ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ। ਉਹਨਾਂ ਨੇ ਇਹ ਮੰਗ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪੀ ਹੈ। ਕਿਹੜੇ ਵਿਸ਼ੇ ਨੇ ਤੁਹਾਨੂੰ ਉਹ ਵੀ ਦੱਸਦੇ ਹਾਂ, ਪਰ ਸਵਾਲ ਇੱਥੇ ਖੜਦਾ ਆ ਕਿ ਇੱਕ ਵਿਧਾਇਕ ਜੇ ਕੋਈ ਸਪੈਸ਼ਲ ਅਜਲਾਸ ਸੱਦਣਾ ਚਾਹੁੰਦਾ ਹੈ ਤਾਂ ਉਹ ਆਪਣੇ ਮੁੱਖ ਮੰਤਰੀ ਨੂੰ ਅਪਰੋਚ ਕਰ ਸਕਦਾ ਹੈ, ਆਪਣੇ ਮੁੱਖ ਮੰਤਰੀ ਨੂੰ ਕਹਿ ਸਕਦਾ ਕਿ ਮੈਂ ਇਸ ਫਲਾਣੇ ਫਲਾਣੇ ਕੰਮ ਲਈ ਕੋਈ ਅਜਲਾਸ ਜਿਹੜਾ ਆ ਉਹ ਸੱਦਣਾ ਚਾਹੁੰਦਾ, ਮੈਂ ਇਹ ਡਿਸਕਸ਼ਨ ਕਰਨੀ ਚਾਹੁੰਦਾ ਹਾਂ, ਜਾਂ ਜੇ ਅਕਿਊਮੂਲੇਟਿਵ ਲੋਡ ਮਹਿਸੂਸ ਵੀ ਹੁੰਦੀ ਹੈ ਇਸ ਮਾਮਲੇ ਦੇ ਉੱਤੇ ਤਾਂ ਉਹ ਵੀ ਸੀਐਮ ਭਗਵੰਤ ਮਾਨ ਨਾਲ ਵਿਚਾਰੀ ਜਾ ਸਕਦੀ ਸੀ, ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਸਗੋਂ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਡਾਇਰੈਕਟਲੀ ਅਪਰੋਚ ਕੀਤੀ ਗਈ ਅਤੇ ਇਹ ਮੰਗਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਗਈਆਂ। ਹੁਣ ਇਹ ਅਪਰੋਚ ਕੀਤੀ ਗਈ ਹੈ ਜਾਂ ਫਿਰ ਕੁਲਤਾਰ ਸਿੰਘ ਸੰਧਵਾਂ ਦੀ ਸ਼ਹਿ ਦੇ ਉੱਤੇ ਇਹ ਮੀਟਿੰਗ ਹੋਈ ਹੈ, ਜੇ ਹੋਈ ਹੈ ਤਾਂ ਇਹ ਤਾਂ ਹੁਣ ਇਹ ਦੋਵੇਂ ਜਾਣਦੇ ਨੇ। ਪਰ ਗੱਲ ਇਹ ਹੈ ਕਿ ਜੇ ਸੀਐਮ ਭਗਵੰਤ ਮਾਨ ਦੇ ਕੋਲ ਗੱਲ ਨਹੀਂ ਪਹੁੰਚੀ ਔਰ ਸਿੱਧਾ ਕੁਲਤਾਰ ਸੰਧਵਾਂ ਦੇ ਕੋਲ ਗੱਲ ਪਹੁੰਚੀ ਹੈ ਤਾਂ ਸੁਭਾਵਿਕ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਇਸ ਵੇਲੇ ਟੈਨਸ਼ਨ ਕਿਸ ਆਧਾਰ ਦੇ ਉੱਤੇ ਪਾਰਟੀ ਦੇ ਅੰਦਰ ਚੱਲ ਰਹੀ ਹੈ। ਜੇ ਗੱਲ ਕਰੀਏ ਵਿਸ਼ਿਆਂ ਦੀ ਤਾਂ ਇਸ ਦੇ ਵਿੱਚ ਬੇਅਦਬੀ ਮਾਮਲੇ ਔਰ ਗੋਲੀਕਾਂਡ ਦੋਹਾਂ ਦਾ ਜ਼ਿਕਰ ਕੀਤਾ ਗਿਆ। 2015 ਦੇ ਵਿੱਚ ਜਿਹੜੇ ਬੇਅਦਬੀ ਮਾਮਲੇ ਹੋਏ ਤਾਂ ਔਰ ਗੋਲੀਕਾਂਡ ਵਾਪਰਿਆ ਉਸ ਦੇ ਬਾਰੇ ਚਰਚਾ ਕਰਨ ਲਈ ਔਰ MSP ਵਰਗੇ ਹੋਰ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੇ ਸਮਾਂ ਮੰਗਿਆ ਹੈ ਸੂਤਰਾਂ ਮੁਤਾਬਕ, ਔਰ ਕਿਹਾ ਗਿਆ ਕਿ ਇਸ ਵਿਸ਼ੇ ਉੱਤੇ 40 ਮਿੰਟ ਬੋਲਣ ਦੀ ਅਪੀਲ ਜਿਹੜੀ ਹੈ ਉਹ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ ਕੁਲਤਾਰ ਸਿੰਘ ਸੰਧਵਾਂ ਦੇ ਕੋਲੋਂ। ਹਾਲਾਂਕਿ ਪਿਛਲੀ ਵਾਰ ਜਦੋਂ ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੇ ਵਿੱਚ ਬੋਲਣ ਲੱਗੇ ਸੀ, ਬੇਅਦਬੀ ਮਾਮਲਿਆਂ ਦਾ, ਗੋਲੀਕਾਂਡ ਦਾ ਮੁੱਦਾ ਚੱਕਿਆ ਸੀ, ਉਸ ਵੇਲੇ ਕਿਸੇ ਆਨੇ ਬਹਾਨੇ ਕੁਲਤਾਰ ਸਿੰਘ ਸੰਧਵਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਬਿਠਾ ਦਿੱਤਾ ਸੀ। ਪਰ ਹੁਣ 40 ਮਿੰਟ ਦਾ ਸਮਾਂ ਜਿਹੜਾ ਉਹ ਸੂਤਰਾਂ ਮੁਤਾਬਕ ਮੰਗਿਆ ਗਿਆ, 40 ਮਿੰਟ ਬੋਲਣਾ ਚਾਹੁੰਦੇ ਨੇ ਕੁੰਵਰ ਵਿਜੇ ਪ੍ਰਤਾਪ ਔਰ ਤੱਥ ਜਿਹੜੇ ਨੇ ਉਹ ਪੇਸ਼ ਕਰਨਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਵੀ ਇਹ ਵਿਵਾਦ ਖੜਾ ਹੁੰਦਾ ਆਇਆ ਔਰ ਹੁਣ ਵੀ ਗੱਲਾਂ ਉਹੀ ਨੇ ਕਿ ਕਿਸ ਤਰ੍ਹਾਂ ਜਿਹੜੇ ਕੇਸ ਫਰੀਦਕੋਟ ਅਦਾਲਤ ਦੇ ਵਿੱਚ ਸੀ ਉਹ ਪੰਜਾਬ ਨੂੰ ਛੱਡ ਕੇ ਚੰਡੀਗੜ੍ਹ ਅਦਾਲਤ ਸ਼ਿਫਟ ਕਰ ਦਿੱਤੇ ਗਏ, ਕਿਸ ਤਰ੍ਹਾਂ ਉਸ ਕਾਰਵਾਈ ਦੇ ਉੱਤੇ ਸੁਪਰੀਮ ਕੋਰਟ ਤੱਕ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਗਈ, ਇਹਨਾਂ ਮਸਲਿਆਂ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਨੇ ਉਹ ਆਵਾਜ਼ ਚੁੱਕਣਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਇਹ ਵੀ ਗੱਲ ਚੱਲੀ ਸੀ ਕਿ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਆਨੇ ਬਹਾਨੇ ਸੁਪਰੀਮ ਕੋਰਟ ਚਲੇ ਜਾਂਦੇ ਨੇ,
ਕਦੀ ਵੀ ਕਿਸੇ ਵੀ ਮਾਮਲੇ ਉੱਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਦੇ, ਪਰ ਜਦੋਂ ਸੌਦਾ ਸਾਧ ਦੀ ਵਾਰੀ ਆਈ ਤਾਂ ਫਿਰ ਕਿਉਂ ਇਸ ਤਰ੍ਹਾਂ ਕਿਉਂ ਕੀਤਾ ਗਿਆ? ਕਿਉਂਕਿ ਇਲਜ਼ਾਮ ਨੇ ਕਿ ਸੀਐਮ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਵੀ ਸਰਕਾਰ ਬਣਾਉਣ ਦੀ ਚਾਹਵਾਨ ਹੈ, ਹਰਿਆਣੇ ਦੇ ਵਿੱਚ ਵੀ ਸੀਟਾਂ ਜਿੱਤਣ ਦੀ ਚਾਹਵਾਨ ਹੈ, ਹਰਿਆਣੇ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ, ਔਰ ਇਸੇ ਵਾਸਤੇ ਹੁਣ ਚਰਚਾ ਚੱਲਦੀ ਪਈ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਸੌਦਾ ਸਾਧ ਦੇ ਲਿੰਕ ਦੇ ਵਿੱਚ ਨੇ। ਹਾਲਾਂਕਿ ਅੱਜ ਕੱਲ੍ਹ ਹਰਿਆਣੇ ਨੇ ਹਰਿਆਣੇ ਵੱਲ ਸੀਐਮ ਭਗਵੰਤ ਮਾਨ ਦੇ ਗੇੜੇ ਵੱਜਦੇ ਪਏ ਨੇ, ਉੱਥੇ ਜਾ ਕੇ ਲੈਕਚਰਸ ਦਿੰਦੇ ਭਾਸ਼ਣ ਦਿੰਦੇ ਨਜ਼ਰ ਆ ਰਹੇ ਨੇ, ਪਰ ਇਲਜ਼ਾਮ ਲੱਗ ਰਹੇ ਨੇ ਕਿ ਸੀਐਮ ਭਗਵੰਤ ਮਾਨ ਸੌਦਾ ਸਾਧ ਦੇ ਨਾਲ ਸੰਪਰਕ ਦੇ ਵਿੱਚ ਵੀ ਨੇ, ਆਮ ਆਦਮੀ ਪਾਰਟੀ ਸੌਦਾ ਸਾਧ ਦੇ ਨਾਲ ਸੰਪਰਕ ਦੇ ਵਿੱਚ ਵੀ ਨੇ। ਇੱਥੋਂ ਵੀ ਇਲਜ਼ਾਮ ਲੱਗ ਰਹੇ ਨੇ ਕਿ ਸੌਦਾ ਸਾਧ ਦੇ ਨਾਲ ਕੋਈ ਸੈਟਿੰਗ ਹੋ ਗਈ ਹੋਈ ਆ, ਹਾਲਾਂਕਿ ਅਜੇ ਤੱਕ ਤਾਂ ਇਹ ਇਲਜ਼ਾਮ ਹੀ ਨੇ, ਪਰ ਜੇ ਸੱਚ ਹੁੰਦਾ ਹੈ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਦੇ ਨਾਲ ਧਰੋਹ ਹੋਵੇਗਾ। ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ, ਇਹ ਸਪੈਸ਼ਲ ਸੈਸ਼ਨ ਸੱਦਿਆ ਜਾਵੇਗਾ ਜਾਂ ਨਹੀਂ ਸੱਦਿਆ ਜਾਵੇਗਾ, ਜੋ ਵੀ ਹੋਏਗਾ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।